ਇਹ ਵੇਖੋ ਇਹ ਜੇ ਲੈਮੋ ਪੀਜ਼ਾ ਠੀਕ ਹੈ ਜਨਾਬ ਸੁਪਰ ਲੈਮੋ ਪੀਜ਼ਾ 1 ਮੀਟਰ ਇਹ 1 ਮੀਟਰ ਦਾ ਹੁੰਦਾ ਜੇ ਠੀਕ ਹੈ ਇਹਦੇ ਵਿੱਚ ਹੁੰਦੇ ਆ ਨਾ 3 ਪੀਜ਼ੇ ਪੈਣੇ ਜੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਪੈਣਗੀਆਂ ਅਤੇ ਤੁਹਾਨੂੰ ਉਹ ਵੀ ਵਿਖਾਉਣਾ ਵਾ ਠੀਕ ਹੈ ਇਹ ਵਿੱਚ ਚਿਕਨ ਸ਼ਵਾਰਮਾ ਪੀਜ਼ਾ ਠੀਕ ਹੈ ਰਹਿਮਾਨੀ ਰਹੀਮ ਸੱਲੂ ਪੰਜਾਬੀ ਤਰਫੋਂ ਸੱਲੂ ਪੰਜਾਬੀ ਫੈਮਿਲੀ ਨੂੰ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਉਮੀਦ ਕਰਨਾ ਵਾਂ ਤੁਸੀਂ ਹੈਰੋ ਆਫੀਅਤ ਦੇ ਨਾਲ ਹੋਵੋਗੇ ਅਤੇ ਇਹ ਵੇਖੋ ਤੁਹਾਨੂੰ ਜਨਾਬ ਮੈਂ ਪਹਿਲੇ ਇੱਕ ਚੀਜ਼ ਵਹਾ ਦੇਵਾਂ ਇਹ ਚੀਜ਼ ਇਹ ਵੇਖੋ ਪੀਜ਼ਾ ਹੱਟ ਇੱਥੇ ਨਾ ਜਨਾਬ ਅੱਜ ਮੈਂ ਨਾ ਆਰਡਰ ਕਰਨ ਆਇਆ ਹਾਂ ਪੀਜ਼ਾ ਲੈਣ ਆਇਆ ਸਾਂ ਅਤੇ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਿਹਾ ਜਨਾਬ ਦੁਬਈ ਦੇ ਵਿੱਚ ਨਾ ਲਾਈਵ ਜਿਹਾ ਨਾ ਪੀਜ਼ਾ ਬਣਾ ਕੇ ਤੁਹਾਡੇ ਸਾਹਮਣੇ ਜਿਹਾ ਨਾ ਉਹਨਾਂ ਨੇ ਪੂਰਾ ਇੱਕ ਬਾੜ ਲਾਈ ਹੁੰਦੀ ਹੈ ਉੱਥੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਚਿਕਨ ਬੀਫ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਚੀਜ਼ ਉਸ ਤੋਂ ਬਾਅਦ ਜਿੰਨੀਆਂ ਵੀ ਚੀਜ਼ਾਂ ਪੀਜ਼ੇ ਦੇ ਵਿੱਚ ਪੈਂਦੀਆਂ ਨੇ ਨਾ ਉਹ ਸਾਰੀਆਂ ਜਿਹੜੀਆਂ ਨਾ ਸ਼ੋਅ ਕੀਤੀਆਂ ਹੁੰਦੀਆਂ ਨੇ ਠੀਕ ਹੈ ਉਹ ਤੁਹਾਡੇ ਸਾਹਮਣੇ ਜਿਹਾ ਨਾ ਪੀਜ਼ਾ ਦੇ ਵਿੱਚ ਬਣਾਉਂਦਾ ਹੈ ਠੀਕ ਹੈ ਪਲੇਟ ਦੇ ਵਿੱਚ ਬਣਾ ਕੇ ਅਤੇ ਉਹਨੂੰ ਜਿਹਾ ਨਾ ਉਹਦੇ ਵਿੱਚ ਓਵਨ ਦੇ ਵਿੱਚ ਰੱਖਦਾ ਅਤੇ ਮੈਂ ਆਇਆ ਸਾ ਅਤੇ ਮੈਂ ਕਿਹਾ ਚਲੋ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਿਹਾ ਨਾ ਜਨਾਬ ਇੱਦਾਂ ਦੁਬਈ ਦੇ ਵਿੱਚ ਵਿਖਾਈਏ ਕਿ ਦੁਬਈ ਦੇ ਵਿੱਚ ਕਿੰਝ ਜਿਹਾ ਨਾ ਲਾਈਵ ਪੀਜ਼ਾ ਵਿਖਾਉਂਦੇ ਨੇ ਅਤੇ ਮੈਂ ਇੱਥੇ ਆਇਆ ਵਾਂ ਬਾਕਸ ਪਾਰਕ ਦੇ ਵਿੱਚ ਪੀਜ਼ਾ ਹੱਟ ਠੀਕ ਹੈ ਤੁਸੀਂ ਵੇਖਿਆ ਅਤੇ ਹੁਣ ਮੈਂ ਚੱਲਾਂ ਵਾਂ ਅਤੇ ਜਾ ਕੇ ਮੈਂ ਜਨਾਬ ਆਰਡਰ ਵੀ ਕਰਨਾ ਵਾਂ ਅਤੇ ਨਾਲੇ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਵਿਖਾਉਂਦਾ ਵਾਂ ਚਲੋ ਆਈਓ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰੋ ਹੁਣ ਇਹ ਵੇਖੋ ਇਹ ਮੈਂ ਅੰਦਰ ਚੱਲਾਂ ਵਾਂ ਇਹ ਪੀਜ਼ਾ ਹੱਟ ਦੀ ਜਿਹੜੀ ਨਾ ਐਂਟਰੈਂਸ ਹੈ ਅੰਦਰ ਜਾਣਾ ਵਾਂ ਅਤੇ ਆਰਡਰ ਕਰਨਾ ਵਾਂ ਇਹ ਵੇਖੋ ਇਹ ਜਿਹਾ ਨਾ ਇਹ ਲੈਮੋ ਪੀਜ਼ਾ ਹੈ ਠੀਕ ਹੈ ਇਹ 3 ਕਿਸਮ ਦੇ ਜਿਹੜੇ ਨਾ ਪੀਜ਼ੇ ਹੁੰਦੇ ਨੇ ਅਤੇ ਨਾਲ ਹੀ ਜਿਹਾ ਨਾ ਇਹ ਮਿਲਦਾ ਹੈ ਪਾਸਤਾ ਉਸ ਤੋਂ ਬਾਅਦ ਜਿਹਾ ਨਾ ਕੇਕ ਉਸ ਤੋਂ ਬਾਅਦ ਜਿਹੜਾ ਨਾ ਗ੍ਰਿਲ ਇਹ ਜਿਹਾ ਨਾ 2 ਆਰਡਰ ਕਰਨੇ ਨੇ ਇਹ ਵੇਖੋ ਅੱਗੇ ਸਾਰਾ ਜਿਹਾ ਨਾ ਮੈਨਿਊ ਜਿਹਾ ਨਾ LCD ਦੇ ਵਿੱਚ ਜਿਹਾ ਨਾ ਮੈਨਿਊ ਵਗੈਰਾ ਲਿਖਿਆ ਹੈਗਾ ਇਹ ਵੇਖੋ ਸਾਰਾ ਜਿਹਾ ਨਾ ਇਹ ਸਟਾਫ ਜਿਹਾ ਨਾ ਪੀਜ਼ਾ ਵਗੈਰਾ ਬਣਾ ਰਹੇ ਉਸ ਤੋਂ ਬਾਅਦ ਇਹ ਵੇਖੋ ਸਾਰਾ ਜਿਹਾ ਨਾ ਜਿੰਨੀਆਂ ਵੀ ਚੀਜ਼ਾਂ ਪੀਜ਼ੇ ਦੇ ਵਿੱਚ ਪੈਂਦੀਆਂ ਨੇ ਚਿਕਨ ਹੋ ਗਿਆ ਬੀਫ ਉਸ ਤੋਂ ਬਾਅਦ ਇਹ ਵੇਖੋ ਸਾਰਾ ਜਿਹੜਾ ਨਾ ਪੂਰਾ ਜਿਹਾ ਟਮਾਟਰ ਉਸ ਤੋਂ ਬਾਅਦ ਸਲਾਦ ਉਸ ਤੋਂ ਬਾਅਦ ਸ਼ਵਾਰਮੇ ਦੇ ਜਿਹੜਾ ਹੁੰਦਾ ਹੈ ਉਹ ਠੀਕ ਹੈ ਪਿਆਜ਼ ਉਸ ਤੋਂ ਬਾਅਦ ਸ਼ਿਮਲਾ ਮਿਰਚ ਜਿਹੜਾ ਨਾ ਉਸ ਤੋਂ ਬਾਅਦ ਇਹ ਵੇਖੋ ਤੁਸੀਂ ਆਲਿਵ ਆਇਲ ਉਸ ਤੋਂ ਬਾਅਦ ਟਮਾਟਰ ਵਗੈਰਾ ਸਾਰੇ ਨਾ ਸਲਾਦ ਵਗੈਰਾ ਦਾ ਸਾਰਾ ਕੁਛ ਪਿਆ ਹੈ ਚਲੇ ਪਿਆ ਤੁਹਾਨੂੰ ਵਿਖਾਉਣਾ ਇਹ ਵੇਖੋ ਹੁਣ ਮੈਂ ਇੱਥੇ ਆਰਡਰ ਕਰਨ ਲੱਗਾ ਵਾਂ ਇੱਥੇ ਆਰਡਰ ਕਰਨ ਲੱਗਾ ਵਾਂ ਵੇਖੋ ਜਨਾਬ ਆਰਡਰ ਹੋ ਰਿਹਾ ਵੇ ਇਹ ਵੇਖੋ ਇੱਥੇ ਜਿਹਾ ਨਾ ਭਾਈਜਾਨ ਜਿਹਾ ਨਾ ਪੀਜ਼ਾ ਬਣਾ ਰਹੇ ਨੇ ਠੀਕ ਹੈ ਵੇਖੋ ਪੂਰਾ ਜਿਹਾ ਨਾ ਤੁਹਾਨੂੰ ਵਿਖਾਉਣਾ ਵਾ ਮੈਂ ਲੋ ਇਹ ਜਨਾਬ ਆਲਰੇਡੀ ਮੈਂ ਆਰਡਰ ਦੇ ਛੱਡਿਆ ਵੇ ਹੁਣ ਇਹ ਵੇਖੋ ਇਹ ਸਾਹਮਣੇ ਜਿਹਾ ਨਾ ਪੀਜ਼ਾ ਬਣਾ ਰਹੇ ਨੇ ਜਨਾਬ ਸਾਰਾ ਕੁਛ ਜਿਹਾ ਨਾ ਮਿਕਸ ਇਹ ਹੁਣ ਚੀਜ਼ ਪਾਉਣ ਲੱਗੇ ਨੇ ਠੀਕ ਹੈ ਉਸ ਤੋਂ ਬਾਅਦ ਜਿਹਾ ਨਾ ਮੈਂ ਤੁਹਾਨੂੰ ਵਿਖਾਉਣਾ ਜਿਹੜੇ ਮੇਰੇ ਨਾ ਉਹ ਮੈਂ ਤੁਹਾਨੂੰ ਵਿਖਾਉਣਾ ਵਾ ਇਹ ਵੇਖੋ ਇਹ ਸਾਹਮਣੇ ਇਹ ਜਿਹਾ ਨਾ ਇੱਥੇ ਜਿਹਾ ਨਾ ਪਾਉਂਦੇ ਜੇ ਠੀਕ ਹੈ ਇਹ ਵੇਖੋ ਇਹ ਵੀ ਰੱਖਣ ਲੱਗੇ ਜਨਾਬ ਲਾਈਵ ਜਿਹਾ ਨਾ ਤੁਹਾਡੇ ਸਾਹਮਣੇ ਜਿਹਾ ਨਾ ਓਵਨ ਦੇ ਵਿੱਚ ਰੱਖ ਦੇਣਾ ਹੁਣ ਇੱਥੋਂ ਜਿਹਾ ਨਾ 15 ਮਿੰਟ ਲੱਗਣਗੇ ਓਵਨ 'ਚ ਜਿਹਾ ਨਾ ਹੁੰਦਿਆਂ ਉਹ ਅੱਗੋਂ ਜਾ ਕੇ ਨਿਕਲੇਗਾ ਇਹ ਵੇਖੋ ਇਹ ਉਸ ਤੋਂ ਬਾਅਦ ਮੇਰਾ ਹੁਣ ਆਰਡਰ ਹੈ ਠੀਕ ਹੈ ਇਹ 2 ਜਿਹਾ ਨਾ ਪਾਸਤਾ ਨੇ ਪਾਸਤਾ ਹੁੰਦਾ ਨਾ ਉਹ ਜਿਹਾ ਨਾ ਰੈਡੀ ਹੋਇਆ ਹੈ ਹੁਣ ਐਂਡ ਫੜ ਕੇ ਜਿਹਾ ਨਾ ਓਵਨ ਦੇ ਵਿੱਚ ਰੱਖਣਾ ਹੈ ਠੀਕ ਹੈ ਇਹ ਵੇਖੋ ਇਹ ਜਿਹਾ ਨਾ ਬਿਸਕਿਟ ਹੈ ਇਹਨੂੰ ਕਹੇ ਕੁਕੀਜ਼ ਉਹ ਦਰਮਿਆਨ 'ਚ ਇਸ ਵਾਰ ਰੱਖਿਆ ਕਿ ਥੋੜ੍ਹਾ ਟਾਈਮ ਲੱਗਦਾ ਉਹਦੇ ਵਾਸਤੇ ਕਿਉਂਕਿ ਅਗਰ ਇੱਥੋਂ ਸਟਾਰਟਿੰਗ 'ਤੇ ਰੱਖੇਗੀ ਨਾ ਤਾਂ ਉਹ ਜਿਹਾ ਨਾ ਜਲ ਜਾਏਗਾ ਇਸ ਵਾਰ ਦਰਮਿਆਨ 'ਚ ਰੱਖਿਆ ਕਿ ਅੱਧਾ ਟਾਈਮ ਲੱਗੇ ਅੱਗੋਂ ਫਿਰ ਨਿਕਲ ਆਏਗਾ ਇਹ ਚੈੱਕ ਕਰੋ ਇਹ ਪਾਸਤਾ ਦੇ ਵਿੱਚ ਜਿਹਾ ਨਾ ਜਨਾਬ ਉਹ ਪਾ ਰਿਹਾ ਵੇ ਸਾਸ ਪਾ ਕੇ ਜਨਾਬ ਹੈ ਹੁਣ ਵਿੱਚ ਰੱਖੇਗਾ ਉੱਤੇ ਦੇਖੋ ਚੀਜ਼ ਵੀ ਪਾ ਰਿਹਾ ਪਿਆ ਇਹ ਵੇਖੋ ਜਨਾਬ ਇਹ ਪੈ ਗਿਆ ਜੇ ਇਹ ਦੂਸਰਾ ਨੋਵੇ ਡਾਕਸ਼ਨ ਹੁਣ ਇਹ ਆਟੋਮੈਟਿਕਲੀ ਜਿਹਾ ਨਾ ਅੰਦਰ ਰੇੜੀ ਜਾਏਗਾ ਹਾਂਜੀ ਮੈਂ ਹੁਣ ਜਿਹਾ ਨਾ ਆਰਡਰ ਦਾ ਇੰਤਜ਼ਾਰ ਕਰਨ ਦਿਆ ਵਾਂ ਉਹਨਾਂ ਨੇ ਆਲਰੇਡੀ ਜਿਹਾ ਨਾ ਪਾਸਤਾ ਅਤੇ ਉਸ ਤੋਂ ਬਾਅਦ ਕੁਕੀਜ਼ ਜਿਹਾ ਨਾ ਉਹ ਵਿੱਚ ਆਲਰੇਡੀ ਓਵਨ 'ਚ ਰੱਖ ਚੁੱਕੇ ਨੇ ਅਤੇ ਹੁਣ ਜਿਹਾ ਨਾ ਤੁਹਾਨੂੰ ਵਿਖਾਉਣਾ ਵਾਂ ਉਹ ਪੀਜ਼ਾ ਜਿਹਾ ਨਾ ਮੇਰਾ ਆਰਡਰ ਲੈਮੋਜ਼ੀਨ ਪੀਜ਼ਾ ਨਾ ਉਹ 1 ਮੀਟਰ ਦਾ ਪੀਜ਼ਾ ਹੁੰਦਾ ਵਿੱਚ 3 ਫਲੇਵਰ ਹੁੰਦੇ ਨੇ ਤੁਹਾਨੂੰ ਵਿਖਾਉਣਾ ਵਾਂ ਇਹ ਵੇਖੋ ਜੀ ਇਹ 3 ਜਿਹਾ ਨਾ ਪਲੇਟਾਂ ਆ ਗਈਆਂ 6 ਨੇ ਇੱਕ ਦੇ ਵਿੱਚ ਇੱਕ ਪੀਜ਼ੇ ਦੇ ਵਿੱਚ 3 ਕਿਸਮ ਦੇ ਜਿਹੜੇ ਨੇ ਪੈਣਗੇ ਉਹ ਵੇਖੋ ਆਲਰੇਡੀ ਜਿਹੜਾ ਹੁੰਦਾ ਨਾ ਮੈਦਾ ਉਹਦੀ ਪਲੇਟ ਆਲਰੇਡੀ ਉਹਨਾਂ ਨੇ ਬਣਾਈ ਹੁੰਦੀ ਹੈ ਠੀਕ ਹੈ ਇਹ ਵੇਖੋ
ਇਹ ਚੈੱਕ ਕਰੋ ਕਲੋਜ਼, ਠੀਕ ਹੈ। ਉੱਥੇ ਹੁਣ ਕੈਚਅਪ ਵਗੈਰਾ ਟਮਾਟੋ ਸਾਸ ਲਾ ਰਹੇ ਨੇ, ਉਸ ਤੋਂ ਬਾਅਦ ਆ ਵੇਖੋ ਉਹ ਜਿਹੜਾ ਇਹ ਕੀ ਕਹਿੰਦੇ ਨੇ ਚੀਜ਼, ਠੀਕ ਹੈ। ਇਹ ਤਾਂ ਵੇਖੋ ਚਿਕਨ ਜਾਣਾ, ਚਿਕਨ ਦੇ ਉਹ ਪਾ ਰਹੇ ਨੇ। ਹਾਂਜੀ ਹੁਣ ਸਾਰਾ ਕੁਛ ਪਾ ਰਹੇ ਨੇ, ਠੀਕ ਹੈ। ਐਂਡ ਵੀਡੀਓ ਹੋ ਜਾਏ ਲੰਮੀ ਤਾਂ ਇਨਸ਼ਾਅੱਲਾ, ਜਦੋਂ ਉੱਥੇ ਪਾਉਣਗੇ ਤਾਂ ਉੱਥੋਂ ਨਿਕਲੇਗਾ ਨਾ, ਅਤੇ ਉਦੋਂ ਮੈਂ ਤੁਹਾਨੂੰ ਵਹਾਨਾ ਵਾ ਉਹ ਵੱਜ ਕੇ ਖੇਲ ਜੋ ਜਾਣਾ ਬਾਹਰ ਬਣ ਕੇ ਤਾਂ ਨਿਕਲਦਾ ਵੇ, ਠੀਕ ਹੈ। ਚਲੋ ਇੰਤਜ਼ਾਰ ਕਰੋ, ਹੁਣ ਜਿਹਾ ਨਾ ਇੱਕ ਬਣ ਕੇ ਨਿਕਲਿਆ ਆ, ਹੁਣ ਇਹਨੂੰ ਜਿਹਾ ਨਾ ਪੀਸ ਕਰੇਗਾ ਬੰਦਾ ਆ। ਇਹਨੂੰ ਜਿਹਾ ਨਾ ਆਇਲ ਲਾ ਰਿਹਾ ਵੇ ਕਿ ਤਾਜ਼ਾ ਤਾਜ਼ਾ ਲੱਗੇ। ਇਹ ਕੋਈ ਕਟਿੰਗ ਹੋ ਰਹੀ ਹੈ, ਹੈ ਇਹ ਇਹ ਲਓ ਜੀ ਆ ਪੀਜ਼ਾ ਕੱਟ ਕੀਤਾ, ਠੀਕ ਹੈ। ਹੁਣ ਇਹ ਜਿਹਾ ਨਾ ਬਾਕਸ ਦੇ ਵਿੱਚ ਰੱਖੇਗਾ ਜੀ। ਇਹ ਵੇਖੋ ਇਹ ਜੇ ਲੈਮੋ ਪੀਜ਼ਾ, ਠੀਕ ਹੈ ਜਨਾਬ, ਸੁਪਰ ਲੈਮੋ ਪੀਜ਼ਾ 1 ਮੀਟਰ, ਇਹ 1 ਮੀਟਰ ਦਾ ਹੁੰਦਾ ਜੇ, ਠੀਕ ਹੈ। ਇਹਦੇ ਵਿੱਚ ਹੁਣ ਜੇ ਨਾ 3 ਪੀਜ਼ੇ ਪੈਣੇ ਜੇ, ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਪੈਣਗੀਆਂ ਅਤੇ ਤੁਹਾਨੂੰ ਉਹ ਵੀ ਵਿਖਾਉਣਾ ਵਾ, ਠੀਕ ਹੈ। ਇਹ ਵੇਖੋ ਜਨਾਬ ਪਾਸਤਾ ਆਲਰੇਡੀ ਰੱਖ ਛੱਡਿਆ, ਉਸ ਤੋਂ ਬਾਅਦ ਕੁੱਕੀਜ਼ ਵੀ ਜੇ ਨਾ ਰੱਖ ਛੱਡੇ ਨੇ। ਕੁੱਕੀਜ਼ ਦੇ ਵੇਖੋ ਹੁਣ ਪੀਸ ਹੋਣਗੇ 3-4 ਪੀਸ ਕਰਨਗੇ, ਠੀਕ ਹੈ। ਇਹ ਉਸ ਤੋਂ ਬਾਅਦ ਪਾਸਤਾ ਹੋ ਗਿਆ, ਇੱਥੇ ਜਿਹੜਾ ਨਾ ਉਹ ਇਹ ਵੇਖੋ ਆਲੂ ਦੇ ਜਿਹੜੇ ਨਾ ਚਿਪਸ, ਆਲੂ ਦੇ ਚਿਪਸ ਹੋ ਗਏ, ਠੀਕ ਹੈ। ਅਤੇ ਇਹ ਹੁਣ 3 ਜਗ੍ਹਾ 'ਤੇ ਜਿਹੜਾ ਨਾ ਉਹ ਪੀਜ਼ਾ ਰੱਖੇ ਜਾਣਗੇ। ਇਹ ਵੇਖੋ ਇਹ ਪੀਜ਼ਾ ਨਿਕਲਦੇ ਇਹਦੇ ਪੇ, ਇਹ ਉਹ ਦੂਸਰਾ ਹੈ ਨਾ ਆਰਡਰ। ਇਹ ਵੇਖੋ ਇਹ ਪੀਜ਼ਾ ਨਿਕਲ ਆਇਆ ਜੀ, ਇਹ ਜਨਾਬ ਇਹ ਵੇ ਚਿਕਨ ਸ਼ਵਾਰਮਾ ਪੀਜ਼ਾ, ਠੀਕ ਹੈ। ਇਹਦੇ ਹੁਣ ਪੀਸ ਕਰਨਗੇ ਜਨਾਬ ਭਾਈ ਹਰੀ, ਲਓ ਜੀ ਇਹ ਵੇਖੋ ਪੀ ਚਿਕਨ ਦੇ ਜਿਹੜਾ ਨਾ ਪੀਸ ਹੋਣ ਲੱਗੇ, ਇਹ ਟੱਕ ਟੱਕ ਉਸ ਬਾਅਦ ਟੱਕ, ਲਓ ਜੀ ਇਹ ਪੀਜ਼ਾ। ਇਹ ਹੁਣ ਇੱਥੇ ਰੱਖਣਗੇ ਜਨਾਬ, ਇਹ ਹੁਣ ਦੂਸਰਾ ਪੀਜ਼ਾ ਆ ਗਿਆ ਚਿਕਨ ਸੁਪਰ ਸੁਪਰੀਮ, ਇਹਦੇ ਵੀ ਜਨਾਬ ਪੀਸ ਹੋਣਗੇ। ਇਹ ਲਓ ਜਨਾਬ ਇਹ ਦੂਸਰਾ ਵੀ ਜਿਹੜਾ ਪੀਜ਼ਾ ਰੱਖ ਦਿੱਤਾ ਹੈ। ਇਹ ਉਸ ਤੋਂ ਬਾਅਦ ਆ ਗਿਆ ਤੀਸਰਾ ਚਿਕਨ ਸ਼ਵਾਰਮਾ, ਲਓ ਜੀ ਇਹ 3 ਪੀਜ਼ੇ ਪੂਰੇ ਹੋ ਗਏ ਜਨਾਬ। ਇਹ ਵੇਖੋ ਇਹ ਜਨਾਬ ਹੈ ਸਾਰਾ ਜਿਹਾ ਨਾ ਪੀਜ਼ਾ ਜਿਹਾ ਨਾ ਰੈਡੀ ਹੋ ਗਿਆ ਵੇ। ਇੱਥੇ ਹੁਣ ਜਿਹਾ ਨਾ ਸਾਸ ਰੱਖਣਗੇ, ਲਓ ਜੀ ਇਹ ਵੇਖੋ ਜੀ ਜਨਾਬ ਇੱਥੇ ਜਿਹੜੇ ਨਾ ਕੈਚਅਪ ਵਗੈਰਾ ਜਿਹੜੀ ਹੁੰਦੀ ਹੈ ਨਾ ਉਹ ਰੱਖਣਗੇ 3। ਪੂਰਾ ਨਾ ਅਗਲੇ ਨੇ ਪੂਰੀ ਫਿਟਿੰਗ ਬਣਾਈ ਦੀ ਹੈ, ਇਹ ਵੇਖੋ ਜੀ, ਠੀਕ ਹੈ ਜੀ। ਇਹ ਹੋ ਗਿਆ ਜੀ ਤੁਹਾਡਾ ਜਨਾਬ ਪੀਜ਼ਾ ਜਿਹਾ ਨਾ ਲੈਮੋ ਪੀਜ਼ਾ ਤਿਆਰ, ਲੋ ਜਨਾਬ ਹੈ ਵੇਖੋ ਪੂਰੀ ਸੀਟ ਦੇ ਉੱਤੇ ਜਿਹਾ ਨਾ ਪੀਜ਼ਾ ਆਇਆ ਜਿਹਾ, 2 ਪੀਜ਼ੇ ਨੇ, ਠੀਕ ਹੈ, ਪੂਰੀ ਸੀਟ ਦੇ ਉੱਤੇ ਆਏ ਨੇ। ਹਾਂਜੀ ਲੋ ਜੀ ਜਨਾਬ ਇਹ ਸਾਡੇ ਜਨਾਬ ਪੀਜ਼ਾ ਹੱਟ ਦਾ ਲਾਈਵ ਸੈਸ਼ਨ, ਠੀਕ ਹੈ। ਇਹਦੇ ਵਿੱਚ ਜਨਾਬ ਤੁਹਾਨੂੰ ਵਿਖਾਇਆ ਕਿ ਦੁਬਈ ਦੇ ਵਿੱਚ ਕਿੰਜ ਜਿਹਾ ਨਾ ਪੀਜ਼ਾ ਹੱਟ ਵਾਲਿਆਂ ਨੇ ਜਿਹਾ ਨਾ ਬਕਾਇਦਾ ਇਹ ਇੱਕ ਸਪੈਸ਼ਲ ਬ੍ਰਾਂਚ ਹੋਰ ਪੀਜ਼ਾ ਹੱਟ ਦੇ ਵਿੱਚ ਜਿਹਾ ਨਾ ਜਿਹੜੀ ਸਾਹਮਣੇ ਨਹੀਂ ਵਿਖਾਉਂਦੇ ਆ, ਲੇਕਿਨ ਇਹ ਬਾਕਸ ਪਾਰਕ ਦੇ ਵਿੱਚ ਜਿਹੜੀ ਹੈ ਨਾ ਸਪੈਸ਼ਲ ਹੈ, ਇੱਥੇ ਜਿਹਾ ਨਾ ਜਨਾਬ ਬਣਾਉਂਦੇ ਜਿਹਾ ਨਾ ਲਾਈਵ ਵਿਖਾਉਂਦੇ ਨੇ, ਠੀਕ ਹੈ। ਅਤੇ ਉਹ ਤੁਹਾਨੂੰ ਵੀ ਵਿਖਾਇਆ, ਠੀਕ ਹੈ, ਉਮੀਦ ਕਰਨਾ ਵਾ ਤੁਹਾਨੂੰ ਪਸੰਦ ਆਇਆ ਹੋਏਗਾ। ਇਹ ਹੁਣ ਸੱਲੂ ਪੰਜਾਬੀ ਦੇ ਚੈਨਲ 'ਤੇ ਜਿਹਾ ਨਾ ਪਹਿਲਾ ਜਿਹੜਾ ਨਾ ਫੂਡ ਜਿਹਾ ਨਾ ਉਹ ਵੇ ਵਲੋਗ, ਠੀਕ ਹੈ। ਅਤੇ ਇਨਸ਼ਾਅੱਲਾ ਸਮਝ ਲਵੋ ਹੁਣ ਸੱਲੂ ਪੰਜਾਬੀ ਸਾਹਿਬ ਹਰੀ ਫੂਡ ਵਲੋਗ ਵੀ ਨਾਲ ਸ਼ੁਰੂ ਕਰਨਗੇ ਇਨਸ਼ਾਅੱਲਾ। ਅਤੇ ਹੋਰ ਵੀ ਜਿਹੜੀਆਂ ਨਾ ਦੁਬਈ ਦੀਆਂ ਜਿਹੜੀਆਂ ਨਾ ਚੀਜ਼ਾਂ ਨੇ ਫੂਡ ਦੇ ਉੱਤੇ ਇਨਸ਼ਾਅੱਲਾ ਉਹ ਵੀ ਬਣਾਵਾਂਗਾ, ਠੀਕ ਹੈ। ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ, ਖੁਸ਼ ਰਹੋ, ਹੱਸਦੇ ਵੱਸਦੇ ਰਹੋ। ਅੱਲਾ ਪਾਕ ਤੁਹਾਡੇ 'ਤੇ ਵੀ ਰਹਿਮਤ ਕਰੇ, ਮੇਰੇ 'ਤੇ ਵੀ ਰਹਿਮਤ ਕਰੇ। ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਕਿ ਮੈਂ ਸਫ਼ਰ ਨੂੰ ਹੋਰ ਅੱਗੇ ਲੈ ਕੇ ਤੁਰ ਸਕਾਂ। ਵੇਖੋ ਸਾਹਮਣੇ ਕਿੰਨੀ ਗਰਮੀ ਹੈ, ਐਂਡ ਦੀ ਗਰਮੀ ਪੈ ਰਹੀ ਹੈ ਤਾਂ ਮੈਂ ਵੀਡੀਓ ਬਣਾ ਰਿਹਾ ਵਾਂ। ਅਤੇ ਚਲੋ ਖੁਸ਼ ਰਹੋ, ਅਤੇ ਨਾਲੇ ਅਗਰ ਪਾਕਿਸਤਾਨ ਦੇ ਵਿੱਚ ਕਿਸੇ ਬੰਦੇ ਨੂੰ ਪਰਫਿਊਮ ਅਤੇ ਉਸ ਤੋਂ ਬਾਅਦ ਓਰੀਜਨਲ ਘੜੀ ਚਾਹੀਦੀ ਹੋਏ ਹੋ, ਯਾਸਰ ਭਾਈ ਦੇ ਨਾਲ ਰਾਬਤਾ ਕਰ ਲਓ, ਉਹਨਾਂ ਦੀ ਸਾਰੀ ਡਿਟੇਲ ਮੈਂ ਥੱਲੇ ਦਿੱਤੀ ਹੈ, ਠੀਕ ਹੈ। ਪੂਰੇ ਪਾਕਿਸਤਾਨ ਦੇ ਵਿੱਚ ਫ੍ਰੀ ਡਿਲੀਵਰੀ ਹੈ, ਅਤੇ ਇਨਸ਼ਾਅੱਲਾ 110% ਜਿਹੜੇ ਨਾ ਓਰੀਜਨਲ ਚੀਜ਼ ਹੋਏਗੀ, ਠੀਕ ਹੈ ਜੀ। ਤੁਸੀਂ ਆਰਡਰ ਕਰ ਸਕਦੇ ਹੋ ਉੱਥੇ, ਠੀਕ ਹੈ। ਓਕੇ ਜੀ, ਹੁਣ ਦਵੋ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।